एक गल सुनी मेरी, रब ने यार तेन सोना बहुत बनाया। मैनू लगता वेले बह के तेन घड़िया गा रब ने, जिमें एक मूर्तिकार मूर्तियां नहीं घड़ता हों। इन्नी सोहनी सुनखी तू, जे साडे अर्गे छड़ियां दे भाव च होंगी ना, तेन सामभ सामभ के रख दे जिमें हीरे मोतियां नूं लोक रखते ने। इन्ना यार रब ने तेन हुसन दिता, तू ये किहड़े कम्मां च पै गई धंधे वाले च? धंधे वाले च ये मेरा कोई शौक नहीं है, मजबूरी है। मजबूरी है वो, पर तेरे अर्गे काम तो यह शौक नहीं कर दिया। बाकी बाहर अंदर अं कहने भी मेरी तो मजबूरी है। मजबूरी दस की होगी, बाकी तेन आया भी चंगे सूट बूट पाने, अगला 2-3 हज़ार रुपया दे देता, होर 8-10 हज़ार ना कुछ बनता नहीं। मजबूरी दस तेरी कादी होगी है। बाकी ऐ दस, ब्याह बू होया कि नहीं? हाँ ब्याही हुई हैं। ब्याही हुई हैं? झूठ बोल दी। अच्छा तेरा घर वाला मतलब के काम करवाउंदा फिर तेथों? क्यों तू चोरी कर दी? मैनू की शौक है चोरी काम करन दा, वो मैनू जबरदस्ती भेज दे। जबरदस्ती भेज दा? वो तेरे अर्गे ही कर दी हुंदी है, घर आए तो चोरी छुपे यह जे काम कर दी ने, बाद च कह दी मैनू तो जबरदस्ती भेज दा, ऐ कर दा। अगले बेचारे नू चाहे गरीब नू किसे नू पता भी ना होवे है। चल बाकी मैं तो की लैणा गा, अपना तो काम निकलिया, तेनू छड्डे आउणा गा, आपदे पैसे लै ते जा। मेरा घर वाला ना आ कुछ मैनू अपनी दारू लई करदा है। दारू लई करदा? तू सच बोलदी है? मैनू कोई शौक नहीं हैगा। कुड़ी तो यार वैसे तू चंगी लगती है ना, ऐसे काम वाली नहीं लगती, पर सोडा कोई इतवार नहीं हुंदा। जे सच्ची हाँ तो मैं सारी कहानी दस तेरी की आ गई। तेनू तो ऐ लगता कि सारी कुड़ियां ना आ काम शौक लई करदियां ने, पर किसी की मजबूरी होंदी है। मैनू नहीं पता सी आ ब्याह तो पहला मैनू की पता सी आ लक्षण करूगा, सिर्फ एक दारू पिछे मैनू आ धंधे ते लाया उन्हें। नहीं तू ये धंधे च आई किवें? मैनू तेरी सारी कहानी दस, मैनू लगता तू हैगी मजबूर आगी। चल मैं तेरी सारी कहानी सुनना फिर पता लगू तू कहना की चाहनी है। तू शुरू तो दस, चल मैं सुन लई तैयार हाँ। जे तू ये कहानी सुनना चाहना ना, मेरी कहानी इस प्रकार है। देख ले एडा सूरज निकला है, हाल तक है शराबी जो उठे नहीं है, लैन उठा के आनी हूँ, आ काम मैं बाद च कर लांगी। पैसे कौन दूगा? केड़े पैसे? ਕਿਹੜੇ ਪੈਸੇ ਪਾਲਦਾ? ਮੈਨੂੰ ਕਮਾ ਕੇ ਦੇਣਾ ਤੂੰ ਹੈ? ਜਿਹੜੇ ਪੈਸੇ ਹੈਗੇ ਸੀ ਉਹ ਸਾਰੇ ਪਤਾ ਨਹੀਂ ਕਿੱਥੇ ਅੱਗ ਲਾਏ ਆ। ਉਹ ਮੇਰੇ ਨਾਲ ਬਕਵਾਸ ਨਾ ਮਰ ਜਾ ਦੇ, ਸਿੱਧੀ ਹੋ ਕੇ ਪੈਸੇ ਦੇ ਦੇਣੇ ਨੇ। ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ, ਲੱਗੀ ਸਮਝ ਆਪਦਾ ਦੇਖ, ਤੂੰ ਨੌਕਰ ਨਹੀਂ ਲੱਗੀ ਹੋਈ ਹੈਗੀ ਤੇਰੀ? ਮੈਂ ਨਾ ਨੌਕਰ ਨਹੀਂ, ਕੁਝ ਵਾਸਤੇ ਨਾ ਹੱਥ ਕਿਵੇਂ ਲਾਉਣਾ ਹੈ? ਤੁਰ ਜਾ ਇੱਥੋਂ, ਹੋਰ ਨਾ ਮੇਰੇ ਤੋਂ ਛਿੱਤਰ ਖਾ ਲਈ। ਛਿੱਤਰ ਮਾਰੇਂਗੀ ਤੂੰ ਮੇਰੇ? ਤੂੰ ਜਾਣਦਾ ਕਿ ਨਹੀਂ ਹੈ ਪੈਸੇ ਭਾਲਦਾ ਮੇਰੇ ਕੋਲ, ਪੈਸੇ ਦੇ ਕੇ ਕਮਾ ਕੇ ਦਿੰਦਾ ਨਾ ਮੈਨੂੰ? ਕੋਈ ਨਾ ਆ ਗਿਆ ਮੈਂ ਦੁਬਾਰੇ ਤੈਨੂੰ ਮੈਂ ਫੇਰ ਪੁੱਛਦਾ, ਦਾਰੂ ਦਾ ਤਾਂ ਘਰੇ ਲਵਾਂ ਇੰਤਜ਼ਾਮ। ਤੂੰ ਬਾਗ ਜਾ ਹੋਰ ਨਾ ਮੇਰੇ ਤੋਂ ਛਿੱਤਰ ਖਾ ਲਈ। ਕੰਮ ਕਾਰ ਤੈਨੂੰ ਹੈ ਨਹੀਂ ਹੈਗਾ, ਪੈਸਾ ਦੇ ਦਿਓ। ਸਵੇਰ ਉੱਠ ਕੇ ਤੂੰ ਕਲਰਕ ਲੱਗੀ ਹੋਈ ਹੈ ਹੈ? ਸਵੇਰ ਉੱਠ ਕੇ ਤੂੰ ਪੀਣ ਲੱਗ ਜਾਂਦਾ, ਤੈਨੂੰ ਮਾੜੀ ਮੋਟੀ ਅਕਲ ਹੈਗੀ ਹੈ? ਓਏ ਪੀਊਂਗਾ ਮੈਂ ਤਾਂ, ਤੈਂ ਟਿੰਡੀਆਂ ਲੈਣੀਆਂ ਨੇ। ਉਹ ਤੂੰ ਜਾ, ਸਵੇਰੇ ਸਵੇਰੇ ਦਿਮਾਗ ਖਰਾਬ ਕਰਕੇ ਰੱਖਤਾ ਏ ਨੇ। ਦਿਮਾਗ ਖਰਾਬ ਕਰਤਾ ਦੀ ਵੱਡੀ ਮੈਡਮ ਦਾ ਦਿਮਾਗ ਤਾਂ ਤੂੰ ਖਰਾਬ ਕਰਦੀ ਹੈ ਮੇਰਾ। ਮੈਂ ਕੀ ਦਿਮਾਗ ਖਰਾਬ ਕੀਤਾ ਆ? ਜਦੋਂ ਤੈਨੂੰ ਇੱਕ ਵਾਰੀ ਕਹਿਤਾ ਪੈਸਾ ਦੇ ਦੇ ਤਾਂ ਦੇਣਾ ਚਾਹੀਦਾ, ਤੈਨੂੰ ਕਿਉਂ ਜਵਾਨ ਲੜਾਉਣੀ ਮੇਰੇ ਨਾਲ? ਨਾ ਮੈਂ ਕਿੱਥੋਂ ਲੈ ਕੇ ਆਵਾਂ ਪੈਸੇ, ਮੈਂ ਕੀ ਕਮਾਉਣੀ ਆ? ਮੇਲੇ ਮੈਨੂੰ ਐਂ ਦੱਸ ਹੈ, ਆਪਦੇ ਗਹਿਣੇ ਘੱਟੇ ਜੇ ਵੇਚਦਿਆ ਕਰ, ਮੈਨੂੰ ਨਹੀਂ ਪਤਾ ਹੈਗਾ ਮੈਨੂੰ ਪੈਸਾ ਚਾਹੀਦਾ, ਤੈਨੂੰ ਕੀ ਚੱਕਰ ਹੈ? ਤੂੰ ਹਜੇ ਉਹਨਾਂ ਨੂੰ ਅੱਗ ਲਾ ਕੇ ਤੈਨੂੰ ਸਾਹ ਨਹੀਂ ਆਇਆ ਹੈਗਾ? ਮੇਰੇ ਕੋਲ ਕਿਹੜੇ ਗਾਣੇ ਘੱਟੇ ਭਾਲਦਾ ਆ ਹੈ? ਉਧਰ ਲਵੇ ਸਭ ਕੁਛ ਹੈ, ਉਹ ਲੱਛਣ ਕਰਦੀਆਂ ਤੂੰ,
ਹੋ ਤੂੰ ਬਹਿ ਜਾ ਬਹਿ ਜਾ, ਕਿਹੜੇ ਮੇਰੇ ਕੋਲ ਸਭ ਕੁਛ ਆ, ਸਾਰਾ ਕੁਛ ਤਾਂ ਤੂੰ ਵੇਚਤਾ ਹੈ, ਤੂੰ ਭਾਗ ਜਾ ਥੋ, ਹੋਰ ਨਾ ਮੇਰੇ ਤੋਂ ਦਿਮਾਗ ਖਰਾਬ ਕਰ ਤੂੰ। ਦਿਮਾਗ ਦਾ ਤੈਂ ਖਰਾਬ ਕਰਿਆ, ਕੋਈ ਨਾ ਮੈਂ ਪੁੱਛਦਾ ਤੈਨੂੰ, ਦਾਰੂ ਦਾ ਤਾਂ ਮੈਂ ਕਰ ਲੂ ਇੰਤਜ਼ਾਮ। ਕੋਈ ਨਾ ਮੈਂ ਵੀ ਇੱਥੇ ਹੀ ਆ, ਦੇਖਦੀ ਆ ਤੈਨੂੰ ਕਿਹੜਾ ਦਾਰੂ ਪਿਲਾਉਂਦਾ। ਆ ਜਾਂਦਾ ਸਵੇਰੇ ਸਵੇਰੇ ਦਿਮਾਗ ਖਰਾਬ ਕਰਾਂ। ਹਾਏ ਰੱਬਾ, ਆ ਕੀ ਹੋ ਗਿਆ ਮੇਰੇ ਤੋਂ, ਹੈ ਇਹੋ ਜਿਹੇ ਨਾਲ ਲੜ ਲੱਗ ਕੇ ਮੇਰੀ ਜ਼ਿੰਦਗੀ ਨਰਕ ਹੋ ਗਈ। ਇੱਕ ਮੈਨੇ ਭੱਜ ਕੇ ਵਿਆਹ ਕਰਾ ਲਿਆ, ਨਾ ਮਾਪਿਆਂ ਦੇ ਘਰ ਜਾਣ ਜੋਗਰੀ ਛੱਡਿਆ ਇਹਨੇ, ਸਾਰੇ ਗਹਿਣੇ ਗੱਟੇ ਵੇਚ ਕੇ ਖਾ ਗਏ। ਦੱਸ ਮੈਂ ਕਰਾਂ ਤਾਂ ਕੀ ਕਰਾਂ, ਲਹੂ ਪੀ ਲਿਆ ਇਹਨੇ ਇਹੋ ਜਿਹੇ ਨੇ ਤਾਂ। ਚੱਲ ਮੁੰਨਾ ਕੋਈ ਕੰਮ ਕਾਰ ਹੀ ਕਰ ਲੈਂਦੀ ਹੈ, ਇਹਦਾ ਕੀ ਹੈ, ਤਾਂ ਪੀ ਕੇ ਡੱਕ ਕੇ ਆ ਜਾਂਦਾ, ਲੜ ਲੈਂਦਾ, ਹੋਰ ਇਹਨੂੰ ਕੋਈ ਕੰਮ ਕਾਰ ਹੈ ਨਹੀਂ। ਲੈ ਰਾਣੋ, ਗੋਹਾ ਕੂੜਾ ਦਾ ਕੰਮ ਨਿਬੇੜ ਕੇ ਨਾ ਹੁਣ ਰੋਟੀ ਪਾਣੀ ਦਾ ਕਰਾਂ ਮੈਂ, ਕੰਮ ਤਾਂ ਹੁੰਦੇ ਹੀ ਰਹਿਣਗੇ। ਓਹੋ ਆ ਵਧੀਆ ਹੋਏ, ਨਾਨੀ ਬੜੀ ਸੋਹਣੀ ਹੈ, ਗੱਗਾ ਪਤੰਦਰ ਕਿੱਥੋਂ ਲਿਆ ਫੱਟ ਕੇ, ਉਹ ਕਿਵੇਂ ਪੁਰਜਿਆ? ਨਾ ਪੁਰਜਾ ਕੀ ਹੁੰਦਾ ਆ, ਤੇਰੇ ਘਰੇ ਮਾਤੀ ਨਹੀਂ ਹੈਗੀ? ਹੈਗੀ ਹੈ। ਫੇਰ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ? ਆਉਂਦੀ ਹੈ। ਲੈ ਦੇਖ ਕਿਵੇਂ ਜਮਾਨ ਲੜਾਉਂਦਾ, ਇੱਕ ਗਲਤੀ ਕਰਦਾ ਆ। ਮੈਂ ਤਾਂ ਕਹੀ ਐ ਪੁਰਜਾ, ਹੋਰ ਤਾਂ ਨਹੀਂ ਕੁਛ, ਤੇਰੇ ਹੱਥ ਤਾਂ ਨਹੀਂ ਫੜਿਆ ਤੇਰਾ? ਨਾ ਹੱਥ ਫੜਨ ਨੂੰ ਦੱਸ ਕੀ ਕੀ ਲੱਗਦਾ ਤੂੰ ਮੇਰਾ, ਹੈਂ ਤਾ ਜੁੱਤੀ ਦੇਖੀ ਨਾ, ਭਾਦੇ ਨੂੰ ਰਾਹ ਨਹੀਂ ਲੱਭਣਾ। ਉਹ ਜੁੱਤੀਆਂ ਦਾ ਚਾਰ ਪਵਾ ਦੇਂਗੇ, ਗੱਲ ਹੈ ਕਿਰਾ ਤੂੰ ਕਿਰਾ ਘਰੇ ਦਾ ਚੱਲ। ਤੂੰ ਜਾਣਾ ਇੱਥੋਂ ਕਿ ਪਿੰਡ 'ਚ ਰੋਲਾ ਪਾਵਾਂ ਮੈਂ? ਪਾ ਦੇ ਫਿਰ, ਮੈਨੂੰ ਕੀ ਹੈ, ਦੇਖ ਕਿੱਡਾ ਬੇਸ਼ਰਮ ਹੈ, ਕਿਵੇਂ ਜਵਾਨ ਲੜਾਉਂਦਾ। ਨਾ ਦੱਸਤਾ ਦੇ ਕੀ ਦੇ ਘਰੇ ਆਈਆਂ, ਕਿਹਦੇ ਮਰਜ਼ੀ ਆਇਆ ਹੋ ਤੈਂ ਕੀ ਲੈਣਾ? ਉਹ ਸਾਡਾ ਪੁੱਛਣ ਦਾ ਫਰਜ਼ ਬਣਦਾ, ਸਾਡੇ ਪਿੰਡ 'ਚ ਆਈਆਂ ਕਰ ਲੂੰ। ਤੂੰ ਜਾਣਾ ਇੱਥੋਂ ਕਿ ਛਿੱਤਰ ਪਲੇਟ ਕਰਾਂ? ਮੈਂ ਕਿਹਾ ਆ ਜਾ, ਚਾਹ ਪਾਣੀ ਪਿਆ ਦਾਂਗੇ। ਪਾਗਲ ਹੈ ਕਿਸੇ ਥਾਂ ਦਾ, ਇਹਨਾਂ ਮੱਥਾ ਲਾ ਕੇ ਕੀ ਕਰਨਾ ਮੈਂ? ਕੋਈ ਨਹੀਂ ਕੋਈ ਨਹੀਂ, ਇੱਕ ਦਿਨ ਤਾਂ ਹੱਥ ਥੱਲੇ ਆਵੇਗੀ, ਤੈਨੂੰ ਵੀ ਪਿਆਊਂਗਾ ਕਾਨਪੁਰ ਵਾਲੀ ਚਾਹ, ਐ ਨਹੀਂ ਲੋਟ ਆਉਂਦੀ, ਪਾਉਣਾ ਪੂ ਚੋਗਾ ਕੋਈ। ਨਾ ਕਿੱਡਾ ਬੇਸ਼ਰਮ ਬੰਦਾ ਹੈ, ਇਹਨੂੰ ਮਾੜੀ ਮੋਟੀ ਅਕਲ ਨਹੀਂ ਹੈਗੀ, ਕਿਵੇਂ ਜਵਾਨ ਲੜਾਉਂਦਾ, ਪੁਰਜਾ ਕਹਿੰਦਾ। ਲੈ ਇਹਦੇ ਮਾਂ ਧੀ ਨਹੀਂ ਹੋਣੀ ਨਾ, ਤਾਂ ਹੀ ਮੈਨੂੰ ਪੁਰਜਾ ਕਹਿੰਦਾ, ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਇਹਦੇ ਮੂੰਹ ਚੱਕੀ। ਹਾਂ ਕਿੱਧਰ ਫਿਰਦਾ, ਆ ਜਾ ਬਹਿ ਜਾ, ਮੈਂ ਤਾਂ ਤੇਰੇ ਲਈ ਆਇਆ ਸੀ। ਓਏ ਆ ਜਾ ਬਹਿ ਜਾ, ਦੀਵਾ ਜਾ ਇੱਧਰ ਰੱਖ ਦੇ, ਬਹਿ ਜਾ। ਯਾਰ ਮੈਨੂੰ ਤਾਂ ਜ਼ਿਆਦਾ ਦੇ ਦੇ ਦਾਰੂ, ਦਾਰੂ ਦੇ ਦੇ ਪੈਸੇ, ਤੋੜ ਲੱਗੀ ਪਈ ਹੈ। ਤੈਨੂੰ ਦਾਰੂ ਚਾਹੀਦੀ ਹੈ ਕਿ ਪੈਸੇ ਚਾਹੀਦੇ ਹਨ? ਕੁਛ ਮਰਜ਼ੀ ਦੇ ਦੇ, ਪੈਸੇ ਵੀ ਤੈਨੂੰ ਦਾਰੂ ਵਾਸਤੇ ਚਾਹੀਦੇ ਹੋਣੇ। ਹਾਂ ਪੈਸੇ ਵੀ ਦਾਰੂ ਵਾਸਤੇ ਚਾਹੀਦੇ ਨੇ, ਜੇ ਦਾਰੂ ਪੀਏ ਤਾਂ ਦਾਰੂ ਦੇ ਦੇ। ਉਹ ਤਾਂ ਅੰਦਰੋਂ ਘਰੇ ਤਾਂ ਪਹਿਲੇ ਤੋੜ ਵਰਗੀ ਲਈ ਬੈਠੇ, ਦਾਰੂ ਮਿੱਥੋਂ ਪਾਲਦਾ। ਉਹ ਕੀ ਸੋਚੀ ਜਾਣਾ? ਕੁਛ ਨਹੀਂ ਕੁਛ ਨਹੀਂ, ਦਾਰੂ ਤਾਂ ਤੈਨੂੰ ਮਿਲ ਜੂ, ਪੈਸੇ ਵੀ ਦੇ ਦੂੰਗਾ, ਪਰ ਤੈਨੂੰ ਇੱਕ ਮੇਰਾ ਕੰਮ ਕਰਨਾ ਪਊਗਾ। ਦੱਸ ਬਸ, ਤੈਨੂੰ ਮੈਂ ਕੀ ਦੱਸਾਂ ਯਾਰ, ਪੈਸੇ ਤਾਂ ਕਿੰਨੇ ਚਾਹੀਦੇ ਤੈਨੂੰ ਬੋਲ, ਉਨੀ ਦੇ ਦੂੰ। ਦੇ ਦੇ ਤੂੰ ਜਿਹਨੇ ਦੇਣੇ ਨੇ, ਪੋਤਰ ਕੇ ਜਿੰਨੇ ਦੇ ਦੇ ਅੱਜ, ਇਸੇ ਨਾਲ ਹੀ ਫਸੂਗਾ ਜਿਹੜਾ ਲੋਟਾਂ ਦਾ ਕੰਮ। ਜਨਾਨੀ ਤੇਰੀ ਵੈਰ ਬਹੁਤ ਸੋਹਣੀ ਹੈ, ਮੈਨੂੰ ਦਿਲ 'ਤੇ ਲੱਗ ਗਈ ਮੇਰੀ, ਮੇਰਾ ਕੰਮ ਕਰਨਾ ਬਹੁਤ ਤੈਨੂੰ ਪੈਸੇ ਜਿੰਨੇ। ਯਾਰ ਕੀ ਗੱਲਾਂ ਕਰਦਾ ਕਰਮਜੀਤ, ਤੂੰ ਪਾਗਲ ਹੋਇਆ ਤੂੰ? ਕਿ ਪਾਗਲ ਕਿਉਂ ਯਾਰ, ਮੈਂ ਸਹੀ ਕਹਿਣਾ, ਹੁਣ ਤੈਨੂੰ ਕੁਛ ਤਾਂ ਦੇਣਾ ਹੀ ਪਊਗਾ ਉਹਦੇ ਵਾਸਤੇ, ਪੈਸੇ ਵਾਸਤੇ, ਪੈਸੇ ਨਹੀਂ ਦਿੰਦੇ ਹੋਊਗਾ। ਪਿਆਰ ਕਰਦਾ ਉਹਨੂੰ ਮੈਂ, ਹੋਰ ਜੋ ਮਰਜ਼ੀ ਮੰਗ ਲੈ। ਪਿਆਰ ਵੀ ਪੈਸਿਆਂ ਨਾਲ ਹੀ ਹੁੰਦਾ ਆ, ਜੇ ਪੈਸੇ ਹੋਣਗੇ ਫਿਰ ਹੀ ਪਿਆਰ ਹੋਊਗਾ, ਪੈਸੇ ਉਹਨੂੰ ਚੀਜ਼ ਵਾਸਤੇ ਕੋਈ ਲਿਆ ਕੇ ਦੇਵੇਂਗਾ ਫਿਰ ਹੀ ਪਿਆਰ ਕਰੇਗਾ, ਜੋ ਤੇਰੇ ਪੱਲੇ ਤਾਂ ਪਿਆ ਨਹੀਂ। ਦਾਰੂ ਬਾਅਦ ਤੂੰ ਮੈਥੋਂ ਮੰਗਦਾ, ਐਂ ਪਿਆਰ ਥੋੜ੍ਹੀ ਹੁੰਦੇ ਹੁੰਦੇ ਨੇ ਯਾਰ। ਹੋਰ ਮੰਗ ਲੈ ਕੁਛ ਮਰਜ਼ੀ ਬਾਈ, ਮੈਂ ਗਲਤ ਕਹਿੰਦਾ ਕੁਛ ਯਾਰ? ਹੋਰ ਗਲਤ ਨਹੀਂ ਯਾਰ, ਮੈਂ ਉਹਨੂੰ ਪਿਆਰ ਕਰਦਾ, ਵਿਸ਼ਵਾਸ ਕਰਦੀ ਹੈ ਯਾਰ ਉਹ ਮੇਰੇ। ਉਹ ਮੈਂ ਮੰਨਦਾ ਪਿਆਰ ਕਰਦੀ ਹੈ ਤੈਨੂੰ, ਠੀਕ ਹੈ, ਪਰ ਮੇਰਾ ਵੀ ਯਾਰ ਹੁਣ ਲੋੜ ਆ, ਮੈਨੂੰ ਵੀ ਜ਼ਰੂਰਤ ਹੈ ਨਾ ਉਸ ਚੀਜ਼ ਦੀ, ਤੈਨੂੰ ਪੈਸੇ ਦੀ ਜ਼ਰੂਰਤ ਹੈ, ਮੈਨੂੰ ਉਹਦੀ ਜ਼ਰੂਰਤ ਹੈ, ਤੇਰੀ ਜ਼ਰੂਰਤ ਮੈਂ ਪੂਰੀ ਕਰ ਦੂੰ, ਮੇਰੀ ਤੂੰ ਕਰ ਦੇ ਜੇ ਮਨਜ਼ੂਰ ਹੈ, ਤੈਨੂੰ ਡੱਬਾ ਹੀ ਲਿਆ ਦੂੰ ਇਕੱਠਾ, ਠੇਕੇਦਾਰ ਨਾਲ ਗੱਲ ਕਰਾ ਦੂੰ, ਹੋਰ ਦੱਸ ਯਾਰ, ਜਦੋਂ ਮਰਜ਼ੀ ਫੜ ਲਿਆ ਇਹਨੂੰ ਬੋਤਲ। ਚੱਲ ਦੇਖ ਲਈ ਯਾਰ, ਹੈ ਦੇਖ ਲੈ ਫਿਰ, ਠੇਕੇਦਾਰ ਨੂੰ ਕਹਿ ਦੂੰਗਾ ਮੈਂ, ਦੇਖ ਲੈ ਲਿਆ ਫਿਰ, 15-20 ਦਿਨਾਂ ਬਾਅਦ ਤਾਂ ਆਪਣਾ ਇਹ ਗੁੜ ਤਿਆਰ ਹੋ ਜੂ, ਇਹ ਲੈ ਜੀ ਭਰ ਕੇ ਗਏ ਨਹੀਂ ਤੂੰ। ਬਸ ਠੀਕ ਹੈ ਠੀਕ ਹੈ, ਚੱਲ ਫਿਰ ਹੁਣ ਠੇਕੇ ਦਵਾ ਕੇ ਲਿਆ, ਆ ਜਾ ਦਵਾ ਲਿਓ ਨਾ। ਚੱਲ ਹਾਂ, ਮੇਰੀ ਗੱਲ 'ਤੇ ਗੌਰ ਕਰੀ, ਉਹ ਕੋਈ ਨਾ ਦੱਸ ਦੀ ਮੈਨੂੰ, ਮੈਂ ਕਦੋਂ ਆਵਾਂ? ਕੋਈ ਨਾ ਕੋਈ ਨਾ, ਠੀਕ ਹੈ ਚੰਗਾ। ਅੱਜ ਸਵੇਰੇ ਹੀ ਪੀ ਲਈ ਹੋਏ?
दारू तट दे कबरानू जाऊगी। आज का नजारा आ गया, साढ़े 500 वाली बोतल दवा दी अच्छा करमजीत ने, डब्बा भी ऐसे ही लवेंगे ना आगे डप के। हैं तेरे माड़ी मोटी छंग शर्म आएगी कि नहीं? आ देख कितनी महंगी बोतल दवाई है ना, बोतलों नु चटना है ना, तेनु माड़ी मोटी है नहीं अकल है? पता नहीं केड़ा तेनु मुंह ते पीन नहीं पैसे दे देंदा। ओ मेरे लवे यार दोस्त बथेरे ने गल्लां कहीं जे करदी नु। हायो रब्बा, पता नहीं क्या हो जे तेरे यार दोस्त ने, पता नहीं पुठे कम्मा च पा रखे भी है नहीं भी तू दिहाड़ियां कर ले चार पैसे कमा ले। हैं दस ओ कुछ नहीं हुंदा की लेके जाना रे कुछ। ओहो तू कमाई दिन दी जिंदगी नजारे नाल जाऊं यार, ओदा बड़ियां गल्लां करी जानियां। मेरी गल भी सुन ले, ना पिया कर मुंह ते ना पिया कर, तेरी सेहत खराब हो जू। ओ कुछ नहीं हुंदा, चलदी नहीं कानू हुंदी है सेहत सुत खराब। पता नहीं केड़ा तेनु पैसे दे दंदा है अज दे जमाने च, हैं ओ भी पीन लई माड़ी मोटी, तू अकल नु हाथ मार। डब्बा चकाउणो भी तैयार है मेनू की, पता नहीं कम करना पऊगा ना। तू दारू तू पीवे, काम मैं करा। क्यों की गल भाई? ओए मेरे घर वाली नहीं हैगी, तू कौन करूगा काम? एक ता मुरे जवान लड़ाउन लग जाने। हाथ ना ला, मैं तेरे 50 बारी क्या है हाथ ना ला, पिंड च रोला पा दूं मैं तेरी इज्जत की। रोला पावेगी की? रोला पावेगी तू वे कुट मार करदा तू, मैं केड़े केड़े इल्जाम लाऊं ना, फेता लग जू तेनु। कोई नहीं बच्चा आएगा बदल दे दी मेरे, मैं तो तेरी इज्जत रखी बैठी हां, रोला पा लूं ते मिंट लावा मैं। चंगा तू बहुत इज्जत वाली, मेरी सुन ले गल। ओ मैनु डब्बा चकाऊगा दारू दा, डब्बा चका दूंगा एक बार तेरे घर वाली नु मिला दे। तू पागल है, है? मैं अपना घर बार तेरे छड़ के तेरे नाल व्याह कराया है, तेनु इन्ना प्यार करदी तो तू मंजूर है। मेरे वास्ते तू जाउंदी है जो कोई काम आउंदी नहीं, पैसा तू नहीं देंदी। ਦੱਸ ਪੈਸਾ ਮੈਂ ਕਿੱਥੋਂ ਦੇ ਦਾਂ ਤੈਨੂੰ? ਮੈਂ 50 ਵਾਰੀ ਕਹਿਤਾ ਵੀ ਮੈਂ ਕਿਹੜਾ ਕਿਤੇ ਉਹਰੇ ਨੌਕਰੀ ਕਰਦੀ ਆ। ਹੈ ਮੈਨੂੰ ਨਹੀਂ ਪਤਾ ਯਾਰ, ਤੈਨੂੰ ਇੱਕ ਵਾਰੀ ਕਹਿਤਾ ਤਾਂ ਕਹਿਤਾ, ਮੇਰੀ ਗੱਲ ਮੰਨਣੀ ਪਊ, ਨਹੀਂ ਆਪਦੀ ਚੱਕ ਟੰਡ ਫੌੜੀ ਤੇ ਕਿਰੋਂ ਡੰਡੀ ਲੱਗ ਤੇ ਮੈਂ ਕਿੱਥੇ ਜਾਵਾਂ? ਹੈ ਮੇਰੇ ਮਾਪੇ ਰੱਖ ਲੈ, ਜਿਹੜਾ ਕੁਛ ਕਹਿਣਾ ਮੈਨੂੰ ਤੂੰ ਕਰ। ਦੇਖ ਇੱਕ ਵਾਰੀ ਕਹਿਤਾ ਤੈਨੂੰ, ਮੇਰੀ ਗੱਲ ਸੁਣ, ਮੈਂ ਮਰ ਜਾਣਾ ਜ਼ਹਿਰ ਖਾ ਕੇ, ਮੈਨੂੰ ਇਹ ਸਮਝ ਲੈ ਤੂੰ ਬਸ। ਮੇਰੇ ਸੁਣ ਲੈ ਗੱਲ, ਜੇ ਤਾਂ ਕੱਲ੍ਹ ਤੱਕ ਅਣਖ ਵਾਲੀ ਮਰ ਗਈ ਨਹੀਂ ਫਿਰ ਕੱਲ੍ਹ ਨੂੰ ਪਰਸੋਂ ਨੂੰ ਕਰਮਜੀਤ ਆਊਗਾ, ਉਹਦੀ ਗੱਲਬਾਤ ਕਰ ਲਈ ਠੀਕ ਹੈ? ਮੇਰੇ ਤੋਂ ਨਹੀਂ ਹੁੰਦਾ ਹੈਗਾ ਕੋਈ ਗੱਲਬਾਤ। ਉਹ ਤਾਂ ਟਾਈਮ ਦੇਖਾਂਗੇ, ਦੇਖਾਂਗੇ ਬੜੀ ਅਣਖ ਵਾਲੀ ਨਾਲ ਤੈਨੂੰ, ਇੱਕ ਵਾਰੀ ਕਹਿਤਾ ਤਾਂ ਕਹਿਤਾ। ਆਇਓ ਰੱਬਾ ਕੀ ਕਰਾਏ ਕੰਜਰ ਦਾ, ਇੱਕ ਜੋਤੀ ਸੀ ਮੇਰੇ ਕੋਲ ਉਹਦਾ ਵੀ ਸੌਦਾ ਲਾਇਆ ਆ, ਕਰਾਂ ਤਾਂ ਵੀ ਕੀ ਕਰਾਂ ਨਾ, ਮਾਪਿਆਂ ਦੇ ਘਰੇ ਜਾਣ ਜੋਗਰੀ ਛੱਡਿਆ ਇਹਨੇ, ਜੇ ਉਹਨਾਂ ਦੇ ਘਰੇ ਗਈ ਉਹਨਾਂ ਨੇ ਮੈਨੂੰ ਕਿੱਥੇ ਰੱਖਣਾ, ਨਾ ਮੈਂ ਇਹਨੂੰ ਛੱਡ ਕੇ ਕਿਤੇ ਜਾ ਸਕਦੀ ਹਾਂ। ਆਏ ਰੱਬਾ ਤੂੰ ਹੀ ਮੇਰਾ ਰਾਖਾ ਹੈ, ਕਰਾਂ ਤਾਂ ਕੀ ਕਰਾਂ, ਇੱਕ ਮਜਬੂਰੀ ਹੈ ਇਹਦੇ ਨਾਲ ਰਹਿਣਾ ਪੈ ਰਿਹਾ ਰੱਬਾ, ਮੈਂ ਕਰ ਵੀ ਕੀ ਸਕਦੀ ਹਾਂ ਹੁਣ। तू तड़की मथे क्यों लगदी है मेरे,
ना होर दस की करा सामने तो तू पिया हो मथे वाली केड़ी गल होगी एक भैन ते दारू मुक्की पई है एक तू चुर 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 लग जानी तड़की करना फिर की हो गया चुर चुर तेरे फायदे लिए कर दिया मैं ले पैसे दे पैसे दे बोतल लेनी है हाय रब्बा ना पैसे कितों दवा तेनू मैं दस ता दे मैनू रोज ही मंगण आ जाने मेरे को की पैसे पए ने ओ यार और कौन ले के दूगा पैसे आ तेनू रब ने हड पैर दिते है आप तू पैसे कमा ले है नाले आ देख ला झाड़ू भी टूटया होया माड़ी मोटी तू अकल नु हाथ मार है मैं झाड़ू झूड़ू तो कुछ नहीं लेना ਮੈਨੂੰ ਪੈਗ ਵਾਸਤੇ ਦਾਰੂ ਵਾਸਤੇ ਪੈਸੇ ਚਾਹੀਦੇ ਨੇ ਜਿੱਥੋਂ ਮਰਜ਼ੀ ਲੈ ਕੇ ਆ ਨਹੀਂ ਜਿਹੜੀ ਤੈਨੂੰ ਗੱਲ ਕਹਿਤੀ ਉਹ ਕਰ ਲੈ ਮੈਂ ਕਿੱਥੋਂ ਲਿਆਵਾਂ ਮੈਂ ਕਿ ਮੈਂ ਨਹੀਂ ਉਹ ਹਾਂ ਤੇਰੇ ਮੂਰੇ ਜੋੜੇ ਹੱਥ ਮੇਰੇ ਤੋਂ ਨਹੀਂ ਆਹ ਕੰਮ ਹੁੰਦੇ ਹੈਗੇ ਉਹ ਯਾਰ ਤੈਨੂੰ ਇਹ ਕੰਮ ਤਾਂ ਕਰਨਾ ਪਊ ਨਹੀਂ ਕੋਈ ਹੱਲ ਨਹੀਂ ਹੋਰ ਕਰਮਜੀਤ ਦਾ ਫੋਨ ਆਇਆ ਤੀ ਮੇਰੇ ਲਵੇ ਉਹਦੇ ਨਾਲ ਵਗ ਜੀ ਮੈਂ ਦਾਰੂ ਲੈਣ ਜਾਂਦਾ ਬਸ ਮੇਰੀ ਗੱਲ ਸੁਣ ਲੈ ਤੂੰ ਆਪਣੇ ਹੱਥੀ ਜ਼ਹਿਰ ਦੇ ਦੇ ਹਾਂ ਮੇਰੇ ਤੋਂ ਕੰਮ ਨਹੀਂ ਹੋਣਾ ਹੈਗਾ ਕਿਉਂ ਵਗ ਜਾ ਮੈਂ ਉਹਦੇ ਨਾਲ ਉਹ ਤੈਨੂੰ ਮੈਂ ਗਲ ਘੁੱਟ ਕੇ ਮਾਰ ਦੂੰਗਾ ਤੂੰ ਸੁਣਦੀ ਕਾਹਦਾ ਨਹੀਂ ਹੁੰਦੀ ਤੈਨੂੰ ਕੋਈ ਕੰਮ ਹੀ ਨਹੀਂ ਆਉਂਦਾ ਹੈਗਾ ਤੈਨੂੰ ਬਸ ਇੱਕ ਆ ਮਾਰ ਲੈਣਾ ਕੁੱਟ ਲੈਣਾ ਬਸ ਵੀ ਕਿ ਪੈਸੇ ਮੰਗਣੇ ਉਹ ਤੈਨੂੰ ਕਹਿਤਾ ਬਸ ਫਿਰ ਤੇਰੇ ਲਈ ਵੀ ਇਹ ਗੱਲ ਸਹੀ ਨਹੀਂ ਹੈਗੀ ਉਹ ਸਹੀ ਚ ਗਲਤ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਸਿਰਫ ਦਾਰੂ ਚਾਹੀਦੀ ਹੈ ਪੈਸਾ ਚਾਹੀਦਾ ਇਹ ਤੈਂ ਲਿਆ ਕੇ ਦੇਣਾ ਹੁਣ ਤੈਂ ਦੇਖਣਾ ਕਿਵੇਂ ਕਰਨਾ ਕੀੜੇ ਪੈ ਮਰੇਗਾ ਜਿਹੜਾ ਤੂੰ ਮੈਨੂੰ ਤਪਾਉਣਾ ਨਾ ਉਹ ਚੱਲ ਦੇਖਾਂਗੇ ਜਦੋਂ ਕੀੜੇ ਪੈਣਗੇ ਹੁਣ ਤਾਂ ਜੱਟ ਜ਼ਿੰਦਗੀ ਛਮਕਦੀ ਜਾਂਦੇ ਹੁਣ ਮੈਂ ਕਰ ਵੀ ਕੀ ਸਕਦੀ ਮੈਂ ਜਾਣਾ ਡੱਬਾ ਲਿਆਉਣਾ ਕਰਮਜੀਤ ਨਾਲ ਉਹਨੂੰ ਭੇਜਦਾ ਦਾ ਨਾਲ ਵਗ ਜੀ ਵਸਣ ਸਮਝ ਗਈ ਜ਼ਿਆਦੇ ਚੂੰ ਚੂੰ ਬੈਂ ਜੀਆਂ ਕਰਾਂਗੀ ਕਰੀ ਨਾਲੇ ਜੇ ਪੰਜ ਤਿੰਨ ਕਰੇ ਗਲ ਘੁੱਟ ਕੇ ਮਾਰ ਦੂੰ ਰੋਣਾ ਧੋਣਾ ਥੱਲੇ ਹੋਰ ਪੱਲੇ ਨੀ ਕੋਈ ਤੜਕੀ ਲੱਗ ਜੂ ਮੱਥੇ ਕਲੇ ਮੂੰਹ ਵਾਲੀ ਜਬ ਆ ਗਏ ਤੋ ਦਿਮਾਗ ਖਰਾਬ ਕਰਕੇ ਰੱਖਦਾ ਇਹਨੇ ਕੀ ਕਰਾਂ ਰੱਬਾ ਹੋਰ ਕੋਈ ਰਸਤਾ ਵੀ ਨਹੀਂ ਹੈਗਾ ਮੇਰੇ ਕੋਲ ਜੋ ਇਹਨੇ ਕਿਹਾ ਹੁਣ ਕਰਨਾ ਹੀ ਪੈਣਾ ਮੈਨੂੰ ਕਰ ਵੀ ਕੀ ਸਕਦੀ ਹੈ ਮੈਂ ਇਹ ਸ਼ਰਾਬ ਨੇ ਤਾਂ ਮੈਨੂੰ ਜ਼ਿੰਦਗੀ ਨਰਕ ਬਣਾ ਕੇ ਰੱਖਤੀ ਭੱਜ ਕੇ ਵਿਆਹ ਕਰਾ ਲਿਆ ਅੱਜ ਪਛਤਾਉਣੀ ਆ ਮੈਂ ਚੱਲ ਮਨਾ ਕੰਮ ਤਾਂ ਕਰਨਾ ਪੈਣਾ ਹੀ ਹੈ ਇਹਦਾ ਕੀ ਹੈ ਡੱਕ ਕੇ ਆ ਜਾਂਦਾ ਅੰਦਰ ਸਤਪਾਲ ਕਵਾੜੀ ਇਹਨੇ ਵੀ ਗੇੜਾ ਮਾਰੀ ਨਹੀਂ ਦਿਵਾਲੀ ਤੋਂ ਬਾਅਦ ਸਾਰਾ ਕਵਾੜ ਜਿਹਾ ਨਾ ਵੇਚ ਲਈਏ ਡਿਆਰ ਖੰਡਿਆ ਪਿਆ ਸਾਰਾ ਹਾਂ ਬੋਤਲੀ ਬੋਤਲਾਂ ਅੱਜ ਆਊਗਾ ਉਹਨੂੰ ਕਹਿੰਦੇ ਆ ਕਿਹੜਾ ਆ ਗਿਆ ਉਹ ਕਿਉਂ ਕਰਮਜੀਤ ਉਹ ਕੀ ਹਾਲ ਹੈ ਅੱਗੇ ਵਧੀਆ ਵਧੀਆ ਕਿੱਧਰ ਫਿਰਦਾ ਬਸ ਇੱਧਰੇ ਤੀ ਤੇਰੇ ਲਈ ਵੀ ਆਇਆ ਸੀ ਹਾਂ ਸਾਹ ਲੈ ਜਾ ਲੈ ਬੋਤਲ ਚੱਕ ਕੋਈ ਨਾ ਬੋਤਲ ਤਾਂ ਲੈ ਜਾਵਾਂਗੇ ਕਿਹਦੇ ਨਾਲ ਦੀ ਚਾਹੀਦੀ ਹੈ ਇਹਦੇ ਨਾਲ ਦੀ ਦਵਾਈ ਜਿਹੜੀ ਉਹਦੇ ਦਵਾਈ ਸੀ ਤੂੰ ਡੱਬਾ ਦਵਾ ਦੇ ਨਾਲ ਸਿਰਾ ਗੱਲਬਾਤ ਆ ਯਾਰ ਬਹਿ ਜਾ ਨਜ਼ਾਰੇ ਹੀ ਆ ਜਾਂਦੇ ਉਹ ਡੱਬਾ ਤਾਂ ਤੈਨੂੰ ਦਵਾ ਦੂੰਗਾ ਜਿਹੜੀ ਮੈਂ ਤੈਨੂੰ ਗੱਲ ਕਹੀ ਤੀ ਮੇਰੀ ਗੱਲ ਤੇ ਗੌਰ ਕਰੀਏ ਮੈਂ ਤੈਨੂੰ ਕੰਮ ਕਿਹਾ ਸੀ ਇੱਕੋ ਕਰ ਲਈ ਤੀ ਗੌਰ ਮੈਂ ਹਾਂ ਕੋਈ ਚੱਕਰ ਨਹੀਂ ਹੈਗਾ ਤੇਰਾ ਕੰਮ ਬਣ ਜੂਗਾ ਫਿਰ ਐਂ ਕਰੀ ਸਵੇਰੇ ਅੱਡੇ ਤੇ ਛੱਡ ਜੀ ਤੇਰੇ ਘਰ ਵਾਲੀ ਨੂੰ ਮੈਂ ਉਹਨੂੰ ਲੈ ਜੂੰਗਾ ਮੋਟਰਸਾਈਕਲ ਤੇ ਉਹ ਆਪੇ ਮੈਂ ਭੇਜ ਦੂੰਗਾ ਉਹਨੂੰ ਫਿਰ ਅੱਡੇ ਤੇ ਲੈ ਜੂ ਦਾਰੂ ਵਾਲੀ ਸੋਚ ਨਾ ਕਰ ਇਹਦੇ ਨਾਲ ਤਾਂ ਡੱਬਾ ਲੈ ਜੀ ਫੜ ਕੇ ਠੇਕੇਦਾਰ ਨੂੰ ਮੇਰੇ ਪੈਸੇ ਦਿੱਤੇ ਹੋਏ ਨੇ ਫੋਨ ਕਰ ਦੇਣਾ ਬਾਲਾ ਕਰਦਾ ਫੋਨ ਕਰਾਂ ਫੋਨ ਫੋਨ ਕਰ ਦੋ ਹੈਲੋ ਕੀ ਹਾਲ ਜੀ ਠੇਕੇਦਾਰ ਸਾਹਿਬ ਵਧੀਆ ਜੀ ਇੱਕ ਆ ਮੁੰਡਾ ਦੋਸਤ ਆਪਣਾ ਗੱਗਾ ਇਹ ਆਊਗਾ ਇਹਨੂੰ ਡੱਬਾ ਚੁਕਾ ਦੀ ਆਹ ਬੋਦਕਾ ਵਾਲਾ ਵਧੀਆ ਚੁਕਾ ਦੀ ਪੈਸੇ ਵਾਧਾ ਘਾਟਾ ਹੋਇਆ ਆਪਾਂ ਫਿਰ ਕਰ ਲਵਾਂਗੇ ਕੋਈ ਨਹੀਂ ਬਸ ਤੂੰ ਇਹਨੂੰ ਡੱਬਾ ਚੁਕਾ ਦੀ ਯਾਰ ਜੇ ਹੋਰ ਕਿਸੇ ਦੀ ਲੋੜ ਹੋਊ ਵੀ ਦੇ ਦੀ ਠੀਕ ਹੈ ਓਕੇ ਜੀ ਲੈ ਮੈਂ ਠੇਕੇਦਾਰ ਨੂੰ ਫੋਨ ਕਰਤਾ ਠੀਕ ਹੈ ਠੀਕ ਹੈ ਤੇਰਾ ਕੰਮ ਹੋ ਜੂ ਆਪਦਾ ਪੀ ਅਤੇ ਐਸ਼ ਕਰ ਤੇਰਾ ਵੀ ਹੋ ਜੂਗਾ ਕੋਈ ਚੱਕਰ ਬਸ ਤੂੰ ਤੈਨੂੰ ਮੈਂ ਕਹਿਤਾ ਸਵੇਰੇ ਮੈਂ ਅੱਡੇ 'ਤੇ ਆਊਂਗਾ ਉੱਥੇ ਲੈ ਜਾਈ ਤੇਰੇ ਘਰ ਨੂੰ ਛੱਡ ਜੀ ਠੀਕ ਹੈ ਮੈਂ ਉਹਨੂੰ ਮੋਟਰਸਾਈਕਲ 'ਤੇ ਲੈ ਜੂੰਗਾ ਠੀਕ ਹੈ ਕੋਈ ਚੱਕਰ ਨਹੀਂ ਹਾਂ ਆ ਵੀ ਲੈ ਲੈ ਜਾ ਕੋਈ ਇੰਨੇ ਤਾਂ ਲਾ ਘੁੱਟ ਉਦੋਂ ਫੜ ਲਈ ਠੇਕੇ ਤੋਂ ਦੇਸੀ ਹੈ
ਦੇਸੀ ਹੈ। ਅੱਛਾ ਬਹੁਤ ਦੇਸੀ ਦਿਮਾਗ ਕੀ ਹੈ। ਤੇਰੇ ਵਾਲੀ ਜਨਾਨੀ ਨਾਲ ਦੀ ਹੈ, ਉਹਦੇ ਨਾਲ ਵੀ ਕੁਛ ਡਿਗਰੀ ਨਹੀਂ ਹੈਗੀ ਜੀ। ਹੁਣ ਆਊ ਨਜ਼ਾਰਾ। ਉਹ ਕੀ ਬੁੜ ਬੁੜ ਜੇ ਕਰੀ ਜਾਂਦਾ? ਕੁਛ ਨਹੀਂ, ਬੁੜ ਬੁੜ ਪਹਿਲੇ ਤੋੜਦੀ ਹੈ ਇਹ ਤੇਰੇ ਘਰ ਵਾਲੀ ਹੈ। ਚੱਲ ਠੀਕ ਹੈ, ਚੱਲ ਮੈਂ ਚੱਲਦਾ ਹਾਂ ਫਿਰ। ਹਾਂ ਠੀਕ ਹੈ ਬਾਈ, ਚੰਗਾ ਛੱਡ ਜੀ ਸਵੇਰੇ। ਕੋਈ ਨਾ ਕੋਈ ਨਾ, ਛੱਡ ਗਿਆ ਮਾਂ। ਨਾ ਨਾ ਹੁਣ ਵਗ ਜੂਗਾ ਮੈਂ, ਦੇਖ ਕੇ ਜਾਈ। ਕੋਈ ਨਾ। ਉਹ ਕਿੰਨਾ ਟਾਈਮ ਹੋ ਗਿਆ ਤਿਆਰ ਹੁੰਦੀ ਨੂੰ, ਪਤਾ ਨਹੀਂ ਕੀ ਤਾਂ ਕਰੀ ਜਾਂਦੀ ਹੈ ਕੀ ਨਾ। ਪੁਰਾਣੋ ਉਹ ਕਿੱਧਰ ਮਰ ਗਈ? ਉਹ ਇੰਨਾ ਟਾਈਮ ਨੂੰ ਤਾਂ ਵਿਆਹ 'ਚ ਜਾਣਾ ਗਾ, ਘੰਟਾ ਹੋ ਗਿਆ ਤਿਆਰ ਹੁੰਦੀ ਨੂੰ। ਤਿਆਰ ਹੁੰਦੀ ਸੀ ਮੈਂ ਤਾਂ। ਤਿਆਰ ਹੁੰਦੀ ਸੀ ਤੂੰ ਪਾ ਕੇ ਕੱਪੜੇ ਤੁਰ ਲਏ ਹੋ ਕਿ ਤਿਆਰ ਨੂੰ ਦੱਸੂ ਰਹੇ ਸੁਰਖੀ ਬਿੰਦੀਆਂ ਲਾਉਣ ਨੂੰ ਵਿਆਹ 'ਚ ਜਾਵੇਂਗੀ ਤੂੰ। ਦੇਖੀ ਮੈਂ ਤੈਨੂੰ ਹਜੇ ਵੀ ਸਮਝਾਉਂਦੀ ਹਾਂ, ਹਾਂ ਤੇਰੇ ਲਈ ਚੰਗਾ ਨਹੀਂ ਹੈਗਾ ਜੋ ਤੂੰ ਕੁਛ ਕਰ ਰਹੇ। ਉਹ ਤੂੰ ਮੈਨੂੰ ਸਮਝਾਉਣ ਤੋਂ ਕੀ ਮੰਗਦੀ ਹੈ? ਸਿੱਧੀ ਹੋ ਕੇ ਤੁਰ ਲੈ, ਚੰਗੇ ਮਾੜੇ ਦਾ ਕੋਈ ਚੱਕਰ ਨਹੀਂ ਹੈਗਾ, ਮੈਨੂੰ ਤੂੰ ਤੁਰ ਲੈ। ਮੈਨੂੰ ਤਾਂ ਦਾਰੂ ਚਾਹੀਦੇ, ਪੈਸੇ ਚਾਹੀਦੇ, ਤੈਨੂੰ ਮੈਂ ਪਹਿਲਾਂ ਕਿਹਾ ਸੀ ਤੂੰ ਲਿਆ ਦੇ, ਨਹੀਂ ਕਰਨਾ ਪਊ ਇਹ ਕੰਮ। ਮਾੜੀ ਮੋਟੀ ਅਕਲ ਨੂੰ ਹੱਥ ਮਾਰ, ਦਾਰੂ ਪਿੱਛੇ ਮੈਨੂੰ ਵੇਚਨੇ ਆ ਤੂੰ? ਇੱਜ਼ਤਦਾਰ ਬੰਦੇ ਲਈ ਕੰਮ ਸਹੀ ਨਹੀਂ ਹੁੰਦਾ ਹੈਗਾ। ਉਹ ਇੱਜ਼ਤਦਾਰ ਨੂੰ ਕੀ ਛੱਡ ਪਰਾਂ ਤੂੰ, ਮੈਨੂੰ ਤਾਂ ਦਾਰੂ ਚਾਹੀਦੀ ਹੈ। ਚੱਲ ਚੱਲ ਤੂੰ ਹਜੇ ਵੀ ਸੋਚ ਲੈ। ਉਹ ਕੀ ਸੋਚਾਂ, ਲੈ ਪੈਸੇ ਦੇ ਦੇ ਦਾਰੂ ਲਿਆਊਂਗਾ। ਮੇਰੇ ਕੋਲ ਨਹੀਂ ਹੈਗੇ। ਚੱਲ ਫਿਰ ਤੁਰ ਲੈ। ਉਹ ਤੁਰ ਲੈ ਕਿਉਂ, ਪ੍ਰੂਫ ਬਤਾ ਰਿਹਾ ਹੈ? ਦੇਖੀ ਮੈਂ ਨਹੀਂ ਜਾਣਾ, ਐਂ ਕਿਉਂ ਕਰਨਾ ਤੈਨੂੰ ਸਮਝਾਉਂ? ਤੈਨੂੰ ਇੱਕ ਵਾਰੀ ਕਹੇ ਤੋਂ ਸੁਣਦਾ ਨਹੀਂ ਹੈਗਾ। ਚੱਲ ਮੈਂ ਮਾੜਾ ਮੋਟਾ ਤਰ ਚੁੱਕਾ, ਦੇਖੀ ਐਂ ਕਿਉਂ ਕਰਦਾ। ਉਹ ਤੂੰ ਥਾਪਣੇ ਨਾ ਖਾ ਲਈ ਮੈਥੋਂ। ਚੱਲ ਜਲੂਸ ਤਾਂ ਤੂੰ ਕੱਢ ਰੱਖਿਆ ਮੈਨੂੰ। ਤੂੰ ਚੁੱਪ ਕਰ ਜਾ, ਗਲ ਘੁੱਟ ਕੇ ਮਾਰ ਤੂੰ। ਨਾਲੇ ਕੋਈ ਲਾਂਬਾ ਨਹੀਂ ਆਉਣਾ ਚਾਹੀਦਾ, ਮੈਂ ਤੈਨੂੰ 13 ਕਹਿਤਾ। ਸਿੱਧੀ ਹੋ ਕੇ ਚੁੱਪ ਕਰਕੇ ਤੁਰ ਲੈ, ਤੇਰੇ ਕੋਲ ਹਜੇ ਵੀ ਟਾਈਮ ਆ। ਹਾਂ ਨਾ ਕਰ ਕੁਛ, ਜੋ ਕੁਛ ਤੂੰ ਕਰ ਰਿਹਾ। ਉਹ ਯਾਰ ਮੈਂ ਬਿਨਾਂ ਦਾਰੂ ਤੋਂ ਮਰ ਜੂੰ, ਇੱਕ ਦਿਨ ਨਹੀਂ ਜਾਂਦਾ ਰਹਿਣਾ। ਉਹ ਆ ਗਿਆ ਕਰਮਜੀਤ, ਨਾਲੇ ਚੁੱਪ ਕਰ ਜਾ। ਮੈਂ ਨਹੀਂ ਜਾਣਾ ਹੈਗਾ। ਤੂੰ ਤੁਰ ਲੈ, ਵਾਸ ਕਰੀ ਜਾਂਦੀ ਚੋ ਕੁਛ ਕੰਮ। ਰੁਕਿਓ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਦੱਸੋ। ਜੋ ਕੁਛ ਹੋਇਆ ਨਾ ਆਪਣੇ ਵਿੱਚ, ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਕਿਸੇ ਨੂੰ ਨਾ ਦੱਸਿਓ। ਇਹ ਮੇਰਾ ਸ਼ੌਂਕ ਨਹੀਂ ਹੈਗਾ, ਮਜਬੂਰੀ ਆ। ਮੇਰੇ ਪਿੰਡ 'ਚ ਮੇਰੀ ਇੱਜ਼ਤ ਬਹੁਤ ਹੈ, ਮੇਰਾ ਘਰ ਵਾਲਾ ਹੈਗਾ ਜਿਹੜਾ ਹੈਗਾ, ਉਹਦੀਆਂ ਹਰਕਤਾਂ ਇੱਕ ਪੈਸੇ ਪਿੱਛੇ ਮੈਨੂੰ ਵੇਚਤਾ। ਮੈਂ ਤੁਹਾਡੇ ਅੱਗੇ ਹੱਥ ਜੋੜ। ਨਾ ਨਾ ਨਾ, ਹੱਥ ਜੋੜਨ ਵਾਲੀ ਕੋਈ ਗੱਲ ਨਹੀਂ ਰਾਣੋ, ਤੂੰ ਫਿਕਰ ਨਾ ਕਰ, ਮੈਂ ਕਿਸੇ ਕੋਲ ਕੋਈ ਗੱਲ ਨਹੀਂ ਕਰੂੰਗਾ, ਠੀਕ ਹੈ? ਇਹ ਮੈਨੂੰ ਪਤਾ ਹੈ ਵੀ ਤੇਰੀ ਮਜਬੂਰੀ ਹੈ, ਬਾਕੀ ਤੇਰੇ ਘਰ ਵਾਲੇ ਨੂੰ
जिहड़ी मान लो दारू की लोड़ है कोई गल नहीं मैं दे दूँ, जे तैनू भी एक्सट्रा कोई दो रुपये की लोड़ है मैनू जदों मर्जी कॉल कर दी मैं तैनू वो भी दे दूँगा। ये ना समझी मैं इस काम वास्ते तैनू पैसे दिते, ठीक है? जो लोड़ हो वैसे भी कदम मदद की लोड़ हो किसी को गल नहीं करूँ मेरे वालों कोई हो जी। मैंने कुछ नहीं चाहिए बस आ गल कि होर ना पहुँच जाए बस आई बेनती है। ना ना बेनती वाली कोई गल नहीं, किसी को गल नहीं जाऊ, अपने दोनों ही गल रहू, तीजे बंद को गल नहीं जाऊ, ठीक है? कद भी तू ये चीज की चिंता ही ना करी, ठीक है? एक मिनट चल दिया मैं जिंदा ला दा। ਤੁਹਾਡਾ ਬਹੁਤ ਬਹੁਤ ਧੰਨਵਾਦ। ਨਾ ਨਾ ਕੋਈ ਗੱਲ ਨਹੀਂ, ਧੰਨਵਾਦ ਵਾਲੀ ਕੀ ਗੱਲ ਹੈ ਜੀ, ਜਿਹੜੀ ਤੁਸੀਂ ਇੰਨੀ ਮੇਰੀ ਮਦਦ ਕੀਤੀ। ਨਾ ਨਾ ਕੋਈ ਨਹੀਂ, ਫਿਰ ਵੀ ਜ਼ਿੰਦਗੀ 'ਚ ਕਦੇ ਵੀ ਲੋੜ ਪਵੇ ਤੁਹਾਨੂੰ ਮੈਂ ਵਾਰੀ ਵਾਰੀ ਕਹਿਣਾ ਵੀ ਕਦੇ ਵੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਲੋੜ ਪਵੇ ਤਾਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਓ, ਠੀਕ ਹੈ? ਠੀਕ ਹੈ, ਆਓ ਚਲੀਏ। ਆ ਵੀ ਕਰਮਜੀਤ, ਕੀ ਹਾਲ ਹੈ ਕਾਲੇ? ਠੀਕ ਹੈ ਬਾਈ, ਤੂੰ ਦੱਸ ਕਿੱਧਰ ਫਿਰਦਾ ਹੈ? ਕਿੱਧਰ ਹੀ ਨਹੀਂ, ਮੈਂ ਤਾਂ ਤਰਲੇ ਵੀ ਆਇਆ ਸੀ। ਕਿਵੇਂ ਦੱਸ? ਓਏ ਉਦੇ ਹਰੀ ਸੂਟ ਵਾਲੀ ਗੁਲਾਬੀ ਚੁੰਨੀ ਵਾਲੀ ਕਿਹਨੂੰ ਬਿਠਾਈ ਜਾਂਦਾ ਸੀ? ਅੱਛਾ, ਤੈਂ ਦੇਖ ਲਿਆ ਸੀ? ਦੇਖ ਲਈ ਤੈਂ? ਹੋਰ ਬਾਈ, ਹਾਂ ਬਹੁਤ ਸੋਹਣੀ ਹੈ ਇਹਨਾਂ ਨੇ, ਪਤਾ ਨਹੀਂ ਦੀ ਬਸ ਕੋਈ ਕੌਣ ਤੇ ਉਹ, ਮੈਨੂੰ ਐਂ ਲੱਗਿਆ ਮਹਾਂ ਕਿਤੇ ਕੋਈ ਰਿਸ਼ਤੇਦਾਰ ਨਹੀਂ। ਨਾ ਰਿਸ਼ਤੇਦਾਰ ਤਾਂ ਕੰਮ ਦੀ, ਉਹ ਤਾਂ ਖੇਤ ਗਏ ਤੇ। ਅੱਛਾ, ਹਾਂ ਮੋਟਰ 'ਤੇ ਜਾ ਕੇ ਆਏ ਤੇ। ਠੀਕ ਹੈ ਬਾਈ, ਫਿਰ ਆਪਾਂ ਨੂੰ ਵੀ ਦੇ ਇੰਨਾ ਜਿਹਾ ਮੌਕਾ ਕੋਈ। ਮੌਕਾ ਦੇਖ ਲੈ, ਮੈਂ ਦਿੱਤਾ ਸੀ ਇੱਕ ਡੱਬਾ। ਅੱਛਾ, ਤੈਨੂੰ ਦੋ ਦੇਣੇ ਪੈਣਗੇ। ਆਪਾਂ ਦੋ ਦੇ ਦਾਂਗੇ ਬਾਈ, ਵੱਧ ਦੇ ਦਾਂਗੇ, ਕੋਈ ਚੱਕਰ ਨਹੀਂ ਹੈਗਾ, ਤਿੰਨ ਦੇ ਦਾਂਗੇ। ਹੋ ਜੂਗਾ ਤੇਰਾ ਕੰਮ, ਪੁੱਛ ਪੁੱਛ ਲੈ। ਮੈਂ ਕਰਦਾ ਫੋਨ। ਹੈਲੋ ਹੈਲੋ ਗੱਗੇ, ਕਿਵੇਂ ਆ? ਵਧੀਆ ਕਰਮ ਜੀ, ਵਧੀਆ। ਹੋਰ ਠੀਕ ਹੈ? ਵਧੀਆ, ਹਾਂ ਠੀਕ ਹੈ। ਸਟਾਕ ਖਤਮ ਹੋ ਗਿਆ ਕਿ ਹੈਗਾ? ਬਸ ਖਤਮ ਹੋਣ ਵਾਲੀ ਹੈ, ਕਰਦੇ ਕਿਰਪਾ। ਚਾਹੀਦਾ ਹੋਰ? ਹੋਰ ਚਾਹੀਦਾ ਹੀ ਹੈ। ਡੱਬੇ ਦੋ ਦਵਾ ਦੂੰਗਾ ਬਸ, ਬਸ ਗੱਲ ਕਰ। ਘਰੇ ਕੀ ਉਹ ਕੈਮਰੇ ਲੱਗੇ ਹੋਏ ਨੇ ਵੀ ਕੋਈ ਦੇਖੂਗਾ? ਮੈਂ ਘਰੇ ਆ ਜਾਣਾ ਤੇਰੇ ਕੋਲੇ। ਜਨਾਨੀ ਬਹੁਤ ਸੋਹਣੀ ਆ, ਮੈਂ ਦੇਖ ਲਈ। ਮੈਂ ਕਹਿਣਾ ਨੇੜੀ ਅੱਗ ਦੀ ਲਾਟ ਹੈ, ਸਵਰਗਾਂ ਦੇ ਝੂਟੇ ਨੇ। ਠੀਕ ਹੈ ਬਾਈ, ਤੂੰ ਆਪਾਂ ਵਗ ਚੱਲਾਂਗੇ ਉਹਦੇ ਘਰੇ। ਪੈਸੇ ਪੂਏ ਹੈਗੇ ਕਿ ਠੇਕੇਦਾਰ ਨੂੰ ਕਹਿ ਦੇਗਾ? ਨਾ ਠੇਕੇਦਾਰ ਨੂੰ ਕਹਿ ਦਾਂਗੇ, ਉਹ ਪੈਸੇ ਵੀ ਹੈਗੇ ਨੇ। ਬਸ ਠੇਕੇਦਾਰ ਨੂੰ ਪਤਾ ਹੀ ਯਾਰ, ਪਹਿਲਾਂ ਮੈਂ ਵੀ ਦਵਾਇਆ ਤੀ ਡੱਬਾ। ਤੂੰ ਠੇਕੇਦਾਰ ਨੂੰ ਫੋਨ ਕਰਕੇ ਕਹਿ ਦੀ ਵੀ ਕਰਮਜੀਤ ਨੇ ਜਿਹਨੂੰ ਡੱਬੇ ਨੂੰ ਕਿਹਾ ਸੀਗਾ ਦਵਾਇਆ ਤੀ, ਵੀ ਉਸੇ ਬੰਦੇ ਨੂੰ ਦੋ ਡੱਬੇ ਹੋਰ ਦੇ ਦੇ, ਵੀ ਮੈਂ ਪੈਸੇ ਦੇ ਦੂੰਗਾ। ਬਸ ਉਹ ਮੈਂ ਕਹਿ ਦੂੰਗਾ ਉਹਨੂੰ। ਠੀਕ ਹੈ ਠੀਕ ਹੈ, ਤੂੰ ਬਸ ਜੇ ਕਈ ਵਾਰੀ ਠੇਕੇਦਾਰ ਪੁੱਛਣ ਕਹਿੰਦੇ ਆਪਣਾ ਰਿਸ਼ਤੇਦਾਰ ਹੈ ਉਹ, ਵੀ ਤਾਂ ਪੀਂਦਾ ਉਹ ਫੁੱਲ। ਹਾਂ ਇਹ ਤਾਂ ਪਤਾ ਹੀ ਹੈ ਉਹਨਾਂ ਨੂੰ ਵੀ ਤੇਰਾ ਕੰਮ ਉਹਦੇ। ਚੱਲੀਏ ਫਿਰ, ਚੱਲ ਬਾਈ। ਚੱਲ ਆ, ਚੱਲੀ ਯਾਰ, ਘਰੀ ਹੋਊਗਾ ਹੁਣ, ਮਤਲਬ ਨਸ਼ਾ ਤਾਂ ਤੋੜ ਲੱਗ ਰਹੀ ਹੈ ਹੁਣ ਉਹਨੂੰ। ਬਸ ਛੇ ਦੀ ਉਹਨੂੰ ਕਹਿੰਦੇ ਤੈਨੂੰ ਹੁਣ ਹੀ ਲਿਆ ਦਾ, ਝੂਟੇ ਲੈ ਲਾਂਗੇ। ਹੋਰ ਆਜਾ ਕਾਲੇ ਓਏ, ਉਹ ਪਿਆਗਾ ਤੋੜ ਲੱਗ ਰਹੀ ਹੈ ਇਹਨੂੰ ਪੂਰੀ। ਚੱਲ ਬਾਈ ਆਜਾ। ਉਹ ਕਿਵੇਂ ਗੱਗੇ? ਹੁਣ ਠੀਕ ਹੈ, ਖੜਾ ਹੋ ਮਾੜਾ ਯਾਰ, ਮੁੰਡਾ ਮਿੱਤਰ ਆਇਆ ਆਪਣਾ ਦੋਸਤ, ਬਹਿ ਜਾ। ਠੀਕ ਹੈ? ਉਹ ਠੀਕ ਹੈ। ਕਿਵੇਂ ਟੁੱਟਿਆ ਪਿਆ ਸਰੀਰ? ਉਹ ਸਮਾਨ ਮੁੱਕਿਆ ਪਿਆ ਯਾਰ। ਸਮਾਨ ਤੈਨੂੰ ਫੋਨ ਤੱਕ ਕਰਿਆ ਸੀ ਮੈਂ ਵੀ, ਬੋਲ ਚਾਹੀਦਾ ਦੋ ਡੱਬੇ ਮੰਗਾ ਲਾ। ਉਹ ਫਿਰ ਹੁਣ ਲੈ ਆਉਂਦੇ ਖਾਲੀ ਹੱਥ, ਉਹ ਅਸੀਂ ਮੈਂ ਹੁਣ ਕਿੱਥੇ ਜਾਊਂਗਾ, ਤੂੰ ਲੈ ਆਈ ਯਾਰ, ਇਹ ਮਿੱਤਰ ਹੈ ਆਪਣਾ। ਉਹ ਤਾਂ ਠੀਕ ਹੈ, ਚੱਲ ਇਹਦਾ ਕੰਮ ਉਹੀ ਕਰਨਾ ਬੂ ਤੈਨੂੰ। ਚੱਲ ਕੋਈ ਨਾ, ਕਰ ਲਿਆ ਕੱਢ ਪੈਸੇ ਕਾਲੇ ਹੋਏ। ਤੂੰ ਐਂ ਕਰ, ਇੱਕ ਡੱਬਾ ਲਈ ਦੋ ਲਈ ਪੈਸੇ ਲੈ ਲੈ ਸਾਥੋਂ। ਮੈਂ ਉਹ ਬਤੰਦਰ ਹੁਣ ਆਏ ਤੇ ਲੈ ਆਉਣਾ ਹੋਇਆ। ਚੱਕ ਤੂੰ ਯਾਰ, ਪੰਜ ਦਸ ਪੰਦਰਾਂ ਵੀਹ, ਆ ਸਾਰੀ ਫੜ ਯਾਰ ਚੱਕ। ਲੈ ਹੁਣ ਗੱਲ ਸੁਣ ਲੈ ਮੇਰੀ, ਜਿੱਥੇ ਉਹਦੇ ਮੇਰੇ ਕੋਲ ਛੱਡ ਕੇ ਆਇਆ ਸੀਗਾ ਮੈਨੂੰ ਰਾਣੋ ਨੂੰ, 8 ਵਜੇ ਉੱਥੇ ਲੈ ਆਈ, ਠੀਕ ਹੈ? ਇਹ ਆਊਗਾ ਕਾਲਾ ਮੋਟਰਸਾਈਕਲ ਲੈ ਕੇ, ਚੜਾ ਕੇ ਲੈ ਜਾਊਗਾ, ਠੀਕ ਹੈ? ਠੀਕ ਹੈ, ਤੂੰ ਆਪਦਾ ਹੁਣ ਐਨ ਟੰਨੋ ਕੇ ਪੈ ਜਾ, ਸੁਪਨੇ ਲੈ, ਠੀਕ ਹੈ? ਚੱਕਰ ਹੀ ਨਹੀਂ ਹੈਗਾ, ਸਵੇਰੇ ਯਾਦ ਰੱਖੀ ਭੁੱਲੀ ਨਾ ਕਾਲੇ, 8 ਵਜੇ ਆ ਜਾਈ ਮੋਟਰਸਾਈਕਲ ਲੈ ਕੇ ਤੁਹਾਡੇ 'ਤੇ, ਠੀਕ ਹੈ? ਇਹ ਆਪੀ ਲੈ ਆਊਗਾ ਆਪਦੇ ਘਰ ਵਾਲੀ ਨੂੰ, ਲੈ ਕੇ ਤੂੰ ਆਪਦਾ ਲੈ ਜਾਈ ਮੋਟਰਸਾਈਕਲ, ਠੀਕ ਹੈ? ਚੰਗਾ ਕਾਕੇ, ਚੱਲ ਠੀਕ ਹੈ, ਦੇਖੀ ਫਿਰ।
ਹੋਣਾ ਉਹ ਨਜ਼ਾਰਾ ਸਰੀਰ ਟੁੱਟੇ ਪਏ ਵੀ ਲਿਆਉਣੇ ਦੁਬਾਰੇ ਚੱਕ ਕੇ ਬਲੈਂਡਰ ਦਾ ਚੱਕ ਕੇ ਲਿਆਉਣੇ ਡੱਬਾ ਹੁਣ ਤਾਂ ਕਰਮਜੀਤ ਉਹੀ ਦੇ ਕੇ ਗਏ ਨੇ ਯਾਰ ਗਰ ਮੁੱਕੀ ਪਈ ਸੀ ਕਰਮਜੀਤ ਤੋਂ ਪੈਸੇ ਮੰਗਾਏ ਤੇ ਇੰਨੇ ਸਾਰੇ ਪੈਸੇ ਤੈਨੂੰ ਕਿਵੇਂ ਦੇਤੇ ਉਹਨੇ ਉਹ ਮੇਰਾ ਯਾਰ ਦੋਸਤ ਹੈ ਯਾਰ ਦੇਤੇ ਤੈਂ ਕੀ ਲੈਣਾ ਨਾਲੇ ਮੈਨੂੰ ਨਾ ਸੱਚ ਸੱਚ ਦੱਸ ਕੀ ਗੱਲ ਹੈ ਉਹ ਗੱਲ ਕੁਛ ਨਹੀਂ ਸਹੀ ਪੁੱਛੇ ਤਾਂ ਇਹ ਪੈਸੇ ਤੇਰੇ ਹੀ ਨੇ ਮੇਰੇ ਆਹੋ ਸੌਦਾ ਕਰੇ ਤੇਰਾ ਮੈਂ ਅੱਜ ਫੇਰ ਆਯੂ ਰੱਬਾ ਲੈ ਦੱਸ ਆਯੂ ਉਮੀਦ ਸੀ ਤੇਰੇ ਤੋਂ ਤਾਂ ਤੂੰ ਵਿਆਹ ਕਰਾਇਆ ਫਿਰ ਮਾੜੀ ਮੋਟੀ ਸ਼ਰਮ ਕਰ ਲੈ ਮੇਰਾ ਸੌਦਾ ਕਰਕੇ ਬਹਿ ਗਿਆ ਫਿਰ ਦੁਬਾਰਾ ਤੋਂ ਉਹ ਕੁਛ ਨਹੀਂ ਹੁੰਦਾ ਸ਼ਰਮ ਨੂੰ ਕੀ ਹੈ ਯਾਰ ਮੈਂ ਤਾਂ ਮਰਨ ਲੱਗ ਰਿਹਾ ਸੀ ਦਾਰੂ ਬਿਨਾ ਵੀ ਤੂੰ ਜ਼ਹਿਰ ਖਾ ਕੇ ਮਰ ਜਾ ਕਿਉਂ ਦਾਰੂ 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 ਸਾਰਾ ਦਿਨ ਲਾ ਰੱਖੀ ਆ ਹੈ ਤੂੰ ਮੇਰੇ ਨਾਲ ਬਕਵਾਸ ਨਾ ਮਾਰ ਜਾ ਦੇ ਕੱਲ ਨੂੰ ਆਪਦਾ ਤਿਆਰ ਰਹੀ 8 ਵਜੇ ਉੱਥੇ ਛੱਡਿਆ ਤੈਨੂੰ ਸਮਝ ਗਈ ਨਹੀਂ ਜਾਂਦੀ ਹੈਗੀ ਹੁਣ ਬਹੁਤ ਹੋ ਗਏ ਤੇਰਾ ਤਮਾਸ਼ਾ ਉਹ ਜਾਂਦੀ ਕਿਉਂ ਨਹੀਂ ਇੱਕ ਤਾਂ ਤੈਨੂੰ ਆ ਹੱਥ ਚੱਕ ਮੈਂ ਨਹੀਂ ਜਾਣਾ ਕਰ ਲੈ ਜੋ ਕੁਛ ਕਰਨਾ ਹੈਗਾ ਜਾਣਾ ਪਊ ਜਾਂਦੀ ਨੂੰ ਵੱਡੀ ਦੁਕਾਨ ਜਾਂਦੀ ਨਹੀਂ ਤੂੰ ਤੜਕੀ ਦੇਖੋ ਜਾਂਦੀ ਨਹੀਂ ਤੇਰੀ ਗਲ ਮੋਸ ਕੇ ਛੱਡ ਕੇ ਆਊਗਾ ਜਾਂਦੀ ਨਹੀਂ ਦਾਰੂ ਤੋਂ ਵੱਡਾ ਕੁਛ ਨਹੀਂ ਹੈਗਾ ਮੇਰੇ ਵਾਸਤੇ ਉਹ ਹਲੇ ਤਿਆਰ ਨਹੀਂ ਹੋਈ ਤਾਂ ਤਿਆਰ ਹੋਣ ਮੈਂ ਵਿਆਹ ਤੇ ਜਾਣਾ ਆ ਚੱਲ ਫਿਰ ਅਸੀਂ ਚੱਲ ਹੁਣ ਉਰੀ ਮਾਰੀ ਜਾਂਦੇ ਹਾਂ ਪੁੱਛੇ ਜੇ ਦੇਖੀ ਮੈਂ ਨਹੀਂ ਜਾਣਾ ਹੈਗਾ ਉਹ ਦੇਖ ਲਿਆ ਬਹੁਤ ਵਾਰੀ ਇਹੀ ਗੱਲ ਬਾਰ ਬਾਰ ਨਾ ਕਹੀ ਜਾ ਮੈਂ ਨਹੀਂ ਜਾਣਾ ਜਾਣਾ ਤਾਂ ਤੈਨੂੰ ਪਊਗਾ ਮੇਰਾ ਮਨ ਨਹੀਂ ਮੰਨਦਾ ਹੈਗਾ ਤੇਰਾ ਤਾਂ ਬਹੁਤ ਕੁਛ ਮੈਨੂੰ ਮੰਨਦਾ ਕਿਉਂ ਨਹੀਂ ਮਨ ਰੱਬ ਦਾ ਵਾਸਤਾ ਤੂੰ ਆਹ ਕੰਮ ਨਾ ਕਰ ਹੱਥ ਛੱਡ ਤੇਰਾ ਮੈਂ ਗਲ ਘੋਟ ਕੇ ਮਾਰ ਦੂੰਗਾ ਤੈਨੂੰ ਇੱਕ ਵਾਰੀ ਤਾਂ ਸੁਣਦਾ ਨਹੀਂ ਕਹੇ ਤੂੰ ਨਾ ਕਰ ਮੈਂ ਨਹੀਂ ਜਾਣਾ ਹੈਗਾ ਜਾਣਾ ਚੱਲ ਹੱਥ ਛੱਡ ਤੈਨੂੰ ਰੱਬ ਦਾ ਵਾਸਤਾ ਕਿਉਂ ਮੈਂ ਇਸ ਲੱਕੀ ਕਰਦਾ ਚਲ ਆ ਜਾ ਉਰੇ ਬਹਿ ਜਾ ਉਹ ਮੇਰੀ ਸੁਣ ਲੈ ਗੱਲ ਉਰੇ ਪ੍ਰੂਫ ਜਾਣਾ ਤਾਰ ਲੋਕਾਂ ਨੂੰ ਤਮਾਸਾ ਨਾ ਦਿਖਿਆ ਚੁੱਪ ਕਰਕੇ ਬਹਿ ਜਾ ਉਰੇ ਬੇ ਅੱਗ ਲੱਗੇ ਤੇਰੇ ਇਹੋ ਜਿਹੀ ਸ਼ਰਾਬ ਨੂੰ ਅੱਗ ਲੱਗੇ ਤੇਰੇ ਇਹੋ ਜਿਹੇ ਪੈਸੇ ਨੂੰ ਸਾਰੀ ਇੱਜ਼ਤ ਰੋਲ ਕੇ ਰੱਖਤੀ ਤੂੰ ਮੇਰੀ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਮੈਂ ਲੈ ਕੇ ਆਉਣਾ ਬੋਤਲ ਉਰੇ ਪ੍ਰੂਫ ਜਾਣਾ ਤਾਰ ਉਹ ਆਊਗਾ ਮੁੰਡਾ ਚੁੱਪ ਕਰਕੇ ਵਗ ਜੀ ਜੇ ਘਰੇ ਘੁਰੇ ਗਈ ਹੈ ਨਾ ਗਲ ਘੋਟ ਕੇ ਮਾਰ ਦੂੰ ਕਿਉਂ ਹੋ ਜੀ ਇਹ ਬਾਲਾ ਹੀ ਬੇਜ ਬੰਦਾ ਆ ਦਿਨ ਤੋਂ ਬਾਅਦ ਆ ਸ਼ਰਾਬੀ ਨੇ ਪਤਾ ਨਹੀਂ ਕਿੰਨੇ ਬੰਦਿਆਂ ਨਾਲ ਮੈਨੂੰ ਆਹ ਕੰਮ ਕਰਨ ਲਈ ਭੇਜਿਆ ਚੱਲ ਯਾਰ ਚੁੱਪ ਕਰ ਤੂੰ ਰੋ ਨਾ ਤੇਰੀ ਕਹਾਣੀ ਵਾਕਈ ਸੱਚੀ ਆ ਤੇਰੀ ਕਹਾਣੀ ਨੇ ਮੇਰੀਆਂ ਅੱਖਾਂ ਖੋਲਤੀਆਂ ਵਾਕਈ ਤੂੰ ਮਜਬੂਰ ਆ ਤੂੰ ਝੂਠ ਨਹੀਂ ਬੋਲ ਰਹੀ ਬਸ ਤੂੰ ਰੋ ਨਾ ਚੁੱਪ ਕਰ ਠੀਕ ਆ ਤੇਰੇ ਵਰਗੀਆਂ ਪਤੀ ਨਹੀਂ ਕਿੰਨੀ ਕੁ ਕੁੜੀਆਂ ਮਜਬੂਰੀ ਬਸ ਇਹ ਧੰਦਾ ਕਰਦੀਆਂ ਨੇ ਬਾਕੀ ਤੂੰ ਤਾਂ ਆਪਦੇ ਪੇਕੇ ਵੀ ਨਹੀਂ ਜਾ ਸਕਦੀ ਇਹਨੂੰ ਛੱਡ ਕੇ ਹਨਾ ਮੈਂ ਕਿਹੜੇ ਮੂੰਹ ਨਾਲ ਪੇਕੇ ਜਾਵਾਂ ਉਹ ਕਿਵੇਂ ਪਾੜਨਗੇ ਮੈਨੂੰ ਪਰ ਤੂੰ ਉਹਨਾਂ ਨਾਲ ਵੀ ਧੋਖਾ ਕਰੇਗੀ ਨਾ
ਇਹਦੇ ਚਾਰ ਦਿਨਾਂ ਦੇ ਪਿਆਰ ਪਿੱਛੇ ਲੱਗ ਕੇ ਤੂੰ ਘੱਟੋ ਘੱਟ ਘਰੋਂ ਭੱਜਣ ਤੋਂ ਪਹਿਲਾਂ ਇਹ ਤਾਂ ਸੋਚਣਾ ਸੀ ਕਿ ਮੇਰੇ ਮਾਂ ਪਿਓ ਨੇ ਮੈਨੂੰ 20-25 ਸਾਲ ਪਾ ਲਿਆ ਪਲੋਸਿਆ ਮੈਨੂੰ ਪੜ੍ਹਾਇਆ ਐਡੀ ਵੱਡੀ ਕੀਤਾ ਹੈ ਨਾ ਤੂੰ ਇਹਦੇ 4-5 ਮਹੀਨਿਆਂ ਦੇ ਪਿਆਰ ਪਿੱਛੇ ਲੱਗੇ ਸਾਰਾ ਕੁਛ ਤੂੰ ਛੱਡਤਾ ਫਿਰ ਇਹਨੇ ਵੀ ਦੇਖ ਲਾ ਕੇ ਤੇਰੇ ਨਾਲ ਕੀ ਕੀਤਾ ਹੈ ਨਾ ਸਿਰਫ ਦਾਰੂ ਪਿੱਛੇ ਤੇਰੀ ਇੱਜ਼ਤ ਨੂੰ ਵੇਚਤਾ ਪਿਆਰ ਚ ਨਹੀਂ ਸੀ ਨਾ ਤਾਂ ਕੁਛ ਪਤਾ ਨਹੀਂ ਲੱਗਿਆ ਚੱਲ ਇਹ ਤਾਂ ਉੱਥੇ ਤਾਂ ਤੂੰ ਜਾ ਨਹੀਂ ਸਕਦੀ ਤੂੰ ਐਂ ਨਹੀਂ ਸੋਚਿਆ ਕਦੇ ਵੀ ਇਹਨੂੰ ਛੱਡ ਕੇ ਮੈਂ ਕਿਸੇ ਨਾਲ ਹੋਰ ਵਿਆਹ ਕਰਾਵਾਂ ਲੈ ਮੇਰੇ ਵਰਗੀ ਕੁੜੀ ਨੂੰ ਕੌਣ ਵਿਆਹ ਕਰੋ ਜਿਹੜੀ ਆਹ ਧੰਦੇ ਕਰਦੀ ਆ ਹੁਣ ਤਾਂ ਸਾਰੇ ਪਿੰਡ ਨੂੰ ਵੀ ਪਤਾ ਮੇਰੀ ਗੱਲ ਸੁਣ ਤੂੰ ਮੇਰੇ ਵੱਲ ਦੇਖ ਦੇਖ ਤੂੰ ਧੰਦੇ ਵਾਲੀ ਨਹੀਂ ਹੈਗੀ ਧੰਦੇ ਵਾਲੀ ਉਹ ਹੁੰਦੀ ਆ ਜੋ ਆਪਣੇ ਸ਼ੌਂਕ ਨੂੰ ਜਾਂ ਆਪਣੇ ਸ਼ੌਂਕ ਪੂਰੇ ਕਰਨ ਲਈ ਆਪਣੀਆਂ ਚੀਜ਼ਾਂ ਲਿਆਉਣੇ ਜਾਂ ਸੂਟ ਵਗੈਰਾ ਲਿਆਉਣ ਵਾਸਤੇ ਧੰਦਾ ਸ਼ੌਂਕੀਆ ਕਰਦੀ ਹੋਵੇ ਉਹ ਧੰਦੇ ਵਾਲੀ ਹੁੰਦੀ ਆ ਤੂੰ ਧੰਦੇ ਵਾਲੀ ਨਹੀਂ ਕਿਉਂਕਿ ਤੂੰ ਤਾਂ ਇਹ ਮਜਬੂਰੀ ਬਸ ਕਰਦੀ ਆ ਨਾ ਬਾਕੀ ਤੈਨੂੰ ਇਹ ਧੰਦੇ 'ਚ ਧੱਕੇ ਨਾਲ ਪਾਇਆ ਗਿਆ ਕੁੱਟ ਮਾਰ ਕੇ ਜਿਵੇਂ ਤੂੰ ਦੱਸਿਆ ਗਾ ਤੂੰ ਧੰਦੇ ਵਾਲੀ ਨਹੀਂ ਨਾ ਹੋਈ ਜੇ ਤੇਰੇ ਨਾਲ ਕੋਈ ਹੋਰ ਵਿਆਹ ਨਹੀਂ ਨਾ ਕਰਾਉਂਦਾ ਮੈਂ ਇੱਕ ਛੜਾ ਮੰਨਾਂਗਾ ਮੈਂ ਤੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇਰੇ ਨਾਲ ਵਿਆਹ ਕਰਾਉਣ ਤੋਂ ਤੂੰ ਦੱਸ ਮੇਰੇ ਨਾਲ ਵਿਆਹ ਕਰਾਏਂਗੀ ਕਿਉਂ ਮਜ਼ਾਕ ਕਰਦਾ ਮੇਰੇ ਨਾਲ ਮਜ਼ਾਕ ਨਹੀਂ ਕਰਦਾ ਮੈਨੂੰ ਤੇਰੀ ਸੋਹਣ ਲੱਗੇ ਮੈਂ ਸੱਚਮੁੱਚ ਤੇਰੇ ਨਾਲ ਵਿਆਹ ਕਰਾਊਂਗਾ ਅਤੇ ਤੂੰ ਤਾਂ ਇੱਕ ਹੀਰਾ ਗਾ ਇੰਨੀ ਸੋਹਣੀ ਸੁਨੱਖੀ ਔਰਤ ਆ ਤੈਨੂੰ ਮੈਂ ਆਪਣੇ ਘਰ ਦਾ ਸ਼ਿੰਗਾਰ ਬਣਾਊਂਗਾ ਅਤੇ ਸਾਰੀ ਉਮਰ ਤੈਨੂੰ ਸਾਂਭ ਕੇ ਰੱਖੂੰਗਾ ਅਤੇ ਕਦੇ ਵੀ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ ਇਹ ਮੈਂ ਤੇਰੇ ਨਾਲ ਵਾਅਦਾ ਕਰਦਾਂਗਾ ਮੈਨੂੰ ਤਾਂ ਹਰੇਕ ਕੋਈ ਮੇਰੀ ਮਜਬੂਰੀ ਪੁੱਛ ਕੇ ਨਾ ਮੇਰਾ ਮਜ਼ਾਕ ਉਡਾਉਂਦਾ ਹੁਣ ਤੂੰ ਵੀ ਉਡਾ ਰਿਹਾ ਹੋਏਗਾ ਮਜ਼ਾਕ ਨਹੀਂ ਮੈਂ ਮਜ਼ਾਕ ਨਹੀਂ ਮੈਂ ਤੈਨੂੰ ਸੀਰੀਅਸਲੀ ਕਹਿ ਰਿਹਾ ਚੱਲ ਠੀਕ ਆ ਮੈਨੂੰ ਤੇਰੀ ਸੌਣ ਲੱਗੇ ਮੈਂ ਤਾਂ ਇੱਕ ਸ਼ਰਤ 'ਤੇ ਹਾਂ ਕਰੂੰਗੀ ਤੂੰ ਵਿਆਹ ਕਰਾ ਕੇ ਨਾ ਹਾਂ ਧੰਦੇ 'ਚ ਨਾ ਮੈਨੂੰ ਵਾੜੀ ਹੁਣ ਲੈ ਮੇਰਾ ਦਿਮਾਗ ਹਿੱਲਿਆ ਗਾ ਮੈਂ ਸ਼ਰਾਬੀ ਨਹੀਂ ਹੈਗਾ ਮੈਂ ਕੋਈ ਸ਼ਰਾਬ ਨਹੀਂ ਪੀਂਦਾ ਮੈਂ ਤੈਨੂੰ ਇਹ ਧੰਦੇ 'ਚ ਨਹੀਂ ਪਾਉਂਦਾ ਤੇਰੇ ਨਾਲ ਵਾਅਦਾ ਰਿਹਾ ਮੈਂ ਤੈਨੂੰ ਸੰਭਾਲ ਕੇ ਰੱਖੂੰਗਾ ਮੇਰੇ ਨਾਲ ਵਿਆਹ ਕਰਾ ਤੂੰ ਆਪਦੀ ਇੱਕ ਨਵੇਂ ਸਿਰੋਂ ਜ਼ਿੰਦਗੀ ਸ਼ੁਰੂ ਕਰ ਠੀਕ ਹੈ ਜਿਵੇਂ ਤੂੰ ਕਹੀਂ ਪਰ ਮੈਂ ਉਹਨੂੰ ਕਿਵੇਂ ਛੱਡਾਂ ਬਸ ਕੋਈ ਚੱਕਰ ਨਹੀਂ ਮੈਨੂੰ ਕੋਈ ਜਾਣਦਾ ਨਹੀਂ ਹੈਗਾ ਠੀਕ ਆ ਆਪਾਂ ਇੱਥੋਂ ਭੱਜ ਚੱਲਦੇ ਹਾਂ ਕਿਤੇ ਠੀਕ ਆ ਦੂਰ ਜਾ ਕੇ ਕੋਈ ਕਿਰਾਏ ਦਾ ਘਰ ਲੈ ਕੇ ਰਹਿ ਲਾਂਗੇ ਤੈਨੂੰ ਮੈਂ ਸਵਰਗ ਵਾਲੀ ਜ਼ਿੰਦਗੀ ਦੋਵੇਂ ਨਰਕ 'ਚੋਂ ਕੱਢ ਲੂੰਗਾ ਜੇ ਤੂੰ ਅੱਜ ਵੀ ਘਰ ਚਲੀ ਗਈ ਨਾ ਤੇਰੇ ਘਰ ਆਉਣੇ ਨਾਲ ਦਾਰੂ ਪੀ ਕੇ ਤੈਨੂੰ ਕੁੱਟਣਾ ਤੇਰੇ ਪੈਸੇ ਵਰਤ ਲੈਣੇ ਅਤੇ ਕੱਲ੍ਹ ਨੂੰ ਕਿਸੇ ਨਵੇਂ ਥਾਂ ਤੈਨੂੰ ਧੰਦੇ ਲਈ ਭੇਜ ਦੂਗਾ ਤੇਰੇ ਲਈ ਚੰਗਾ ਹੀ ਤੂੰ ਮੇਰੇ ਨਾਲ ਚੱਲ ਆਪਾਂ ਦੂਰ ਕਿਤੇ ਚਲੇ ਜਾਂਦੇ ਹਾਂ ਇਹ ਦੁਨੀਆਂ ਤੋਂ ਦੂਰ ਜਾ ਕੇ ਆਪਾਂ ਇੱਕ ਨਵਾਂ ਘਰ ਵਸਾ ਲੈਂਦੇ ਹਾਂ ਤੈਨੂੰ ਮੈਂ ਬਹੁਤ ਜ਼ਿਆਦਾ ਸੰਭਾਲ ਕੇ ਰੱਖੂੰਗਾ ਸਹੀ ਕਹਿੰਦਾ ਤੈਨੂੰ ਪਤਾ ਲੱਗ ਜੂ ਮੇਰੇ ਨਾਲ ਵਿਆਹ ਕਰਾ ਕੇ ਵੀ ਔਰਤ ਦੀ ਇੱਜ਼ਤ ਕੀ ਹੁੰਦੀ ਆ ਅਤੇ ਔਰਤ ਨੂੰ ਇੱਕ ਚੰਗਾ ਪਿਆਰ ਕਰਨ ਵਾਲਾ ਬੰਦਾ ਰੱਖਦਾ ਕਿਵੇਂ ਆ ਤੇਰਾ ਘਰ ਵਾਲਾ ਤੈਨੂੰ ਪਿਆਰ ਨਹੀਂ ਸੀ ਕਰਦਾ ਸਿਰਫ ਤੇਰੇ ਜਿਸਮ ਨੂੰ ਵੇਚ ਕੇ ਉਹ ਆਪਣਾ ਕੰਮ ਚਲਾਉਂਦਾ ਸੀ ਦਾਰੂ ਪੀਣ ਦਾ ਸਹੀ ਉਹ ਇਨਸਾਨ ਨਹੀਂ ਸੀ ਇੱਕ ਦਰਿੰਦਾ ਸੀ ਤੈਨੂੰ ਮੇਰੇ ਨਾਲ ਰਹਿ ਕੇ ਮਹੀਨੇ 'ਚ ਹੀ ਪਤਾ ਲੱਗ ਜੂ ਕਿ ਇਨਸਾਨ ਕੀ ਹੁੰਦਾ ਅਤੇ ਦਰਿੰਦਾ ਕੀ ਹੁੰਦਾ ਤੇਰੇ ਨਾਲ ਵਾਅਦਾ ਰਿਹਾ ਮੈਂ ਤੇਰੇ 'ਤੇ ਕਦੇ ਵੀ ਆਂਚ ਨਹੀਂ ਆਉਂਦਾ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ ਚੱਲ ਠੀਕ ਹੈ ਮਨਜ਼ੂਰ ਹੈ ਮੇਰੀਆਂ ਸਾਰੀਆਂ ਸ਼ਰਤਾਂ ਹਾਂ ਮੈਨੂੰ ਮਨਜ਼ੂਰ ਹੈ ਚੱਲ ਤੂੰ ਮੇਰੇ ਨਾਲ ਚੱਲ ਹੁਣ ਆਪਾਂ ਲਹਿਰੇ ਜਾਂਦੇ ਹਾਂ ਲਹਿਰੇ ਤੋਂ ਆਪਾਂ ਸਿੱਧੀ ਟ੍ਰੇਨ ਅੰਮ੍ਰਿਤਸਰ ਕਨੀ ਚੜ੍ਹ ਜਾਂਦੇ ਹਾਂ ਠੀਕ ਆ ਚੱਲ ਠੀਕ ਆ ਉੱਥੇ ਮੇਰੀ ਜਾਣ ਪਛਾਣ ਹੈਗੀ ਇੱਕ ਦੋਸਤ ਆ ਇਹ ਜ਼ਿਲ੍ਹੇ ਤੋਂ ਆਪਾਂ ਦੂਰ ਹੀ ਚਲੇ ਜਾਂਦੇ ਕਿਸੇ ਨੂੰ ਕੁਛ ਨਹੀਂ ਪਤਾ ਲੱਗਣ ਦਿੰਦੇ ਆਪਾਂ ਠੀਕ ਆ ਸਿਮ ਸੁਮ ਸਾਰੇ ਆਪਾਂ ਤੋੜ ਦਿੰਦੇ ਚੱਲ ਠੀਕ ਚੱਲ ਤੂੰ ਚੱਲ ਮੇਰੇ ਨਾਲ ਦੋਸਤੋ ਇਹ ਸਿਰਫ ਇੱਕ ਕਹਾਣੀ ਹੀ ਨਹੀਂ ਹੈ ਬਲਕਿ ਅਸਲ ਜ਼ਿੰਦਗੀ ਵਿੱਚ ਵੀ ਅਜਿਹਾ ਪਿਛਲੇ ਕੁਝ ਸਾਲਾਂ ਵਿੱਚ ਅਨੇਕਾਂ ਹੀ ਕੁੜੀਆਂ ਨਾਲ ਹੋ ਚੁੱਕਿਆ ਹੈ ਜੋ ਕਿ ਆਪਣੇ ਰੱਬ ਵਰਗੇ ਮਾਪਿਆਂ ਨੂੰ ਧੋਖਾ ਦੇ ਕੇ ਕਿਸੇ ਨਸ਼ਈ ਮੁੰਡੇ ਨਾਲ ਭੱਜ ਕੇ ਵਿਆਹ ਕਰਵਾ ਲੈਂਦੀਆਂ ਹਨ ਅਤੇ ਬਾਅਦ ਵਿੱਚ ਉਹ ਨਾ ਘਰ ਦੀਆਂ ਰਹਿੰਦੀਆਂ ਨੇ ਨਾ ਘਰ ਦੀਆਂ ਅਤੇ ਮਜਬੂਰੀ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਕੰਮ ਕਰਦੀਆਂ ਹਨ ਪਰ ਇਸ ਕਹਾਣੀ ਵਿੱਚ ਰਾਣੋ ਦੀ ਕਿਸਮਤ ਚੰਗੀ ਸੀ ਕਿ ਇੱਕ ਚੰਗੇ ਬੰਦੇ ਨੇ ਉਸਨੂੰ ਸਮਝਿਆ ਅਤੇ ਉਸਨੂੰ ਨਰਕ ਵਿੱਚੋਂ ਕੱਢ ਕੇ ਕਿਤੇ ਦੂਰ ਲੈ ਗਿਆ ਅਤੇ ਉਸ ਨਾਲ ਵਿਆਹ ਕਰਵਾ ਲਿਆ ਬਸ ਆਖਰ ਵਿੱਚ ਸਿੱਖਿਆ ਇਹੀ ਹੈ ਕਿ ਕੁੜੀਆਂ ਨੂੰ ਆਪਣੇ ਮਾਪਿਆਂ ਨੂੰ ਧੋਖਾ ਦੇਣ ਤੋਂ ਪਹਿਲਾਂ 100 ਨਹੀਂ ਬਲਕਿ 1000 ਵਾਰ ਸੋਚਣਾ ਚਾਹੀਦਾ ਹੈ।